ਹੁੰਦਾ ਉਦਾਂ ਦਾ ਟਰੈਕਟਰ ਲੱਗਦਾ। ਬਹੁਤ ਜ਼ਿਆਦਾ ਬਾਈ ਰੋਹ ਪੈ ਰਿਹਾ ਟਰੈਕਟਰ ਦਾ, ਟਰੈਕਟਰ ਦੇ ਉੱਪਰ ਬਾਈਆਂ ਨੇ ਪੈਸਾ ਵੀ ਬਹੁਤ ਲਾਇਆ ਬਈ ਇਹਦੇ ਉੱਪਰ। ਔਰ ਇੱਕ ਅਸੀਂ ਸਟਿੱਕਰ ਵੀ ਲਾਤਾ ਇਹਦੇ ਉੱਪਰ, ਹੁਣ ਅੱਗੇ ਤੋਂ ਅਸੀਂ ਸਟਿੱਕਰ ਲਾਇਆ ਕਰਾਂਗੇ। ਆਪਣਾ ਹਲੇ ਲੋਗੋ ਅਸੀਂ ਲਾਇਆ ਨਹੀਂ ਹੈਗਾ, ਆਪਣਾ ਲੋਗੋ ਲਾਵਾਂਗੇ। ਲੇਕਿਨ ਅਸੀਂ ਆਪਣਾ ਚੈਨਲ ਦਿੱਤਾ ਰਤਨਪਾਲ 855, ਇਹ ਆਪਣਾ ਨੰਬਰ ਆ, ਬੇਟੇ ਦਾ ਨੰਬਰ ਵੀ ਤੁਹਾਨੂੰ ਸਕਰੀਨ ਤੇ ਮਿਲ ਜੂਗਾ। ਇਹ ਆਪਣਾ ਯੂਟਿਊਬ ਹੋ ਗਿਆ, ਇਹ ਆਪਣਾ ਇੰਸਟਾਗ੍ਰਾਮ ਹੋ ਗਈ। ਸੰਪਰਕ ਕਰਨਾ ਤਾਂ ਤੁਸੀਂ ਇਹ ਨੰਬਰ ਤੇ ਵੀ ਕਰ ਸਕਦੇ ਹੋ, ਬੇਟੇ ਵਾਲੇ ਨੰਬਰ ਤੇ ਵੀ ਕਰ ਸਕਦੇ ਹੋ। ਬੇਟੇ ਦਾ ਨੰਬਰ ਵੀ ਤੁਹਾਨੂੰ ਮਤਲਬ ਦਿਖਾ ਦਾਂਗੇ ਪੌੜੀਆਂ ਦੇ ਵਿੱਚ, ਸਪਰਾਜ ਵਗੈਰਾ ਜਿਹੜਾ ਟਰੈਕਟਰ ਆਇਆ ਕਰੂਗਾ, ਹੌਲੈਂਡ ਵਗੈਰਾ ਜਾਂ ਕੋਈ ਵੀ ਟਰੈਕਟਰ ਆਇਆ ਕਰੂਗਾ, ਅਸੀਂ ਪੌੜੀ 'ਚ ਉਰੀ ਲਿਖ ਕੇ ਦੇਵਾਂਗੇ। ਜਿਹੜਾ ਉਰੇ ਲਿਖ ਕੇ ਦਿੰਦੇ ਆ, ਸਾਡੀ ਪੌੜੀ ਦੇ ਉੱਪਰ ਚੜ੍ਹ ਕੇ ਦੇਖ ਲਿਓ, ਔਰ ਹੋਰ ਕਿਸੇ ਦੀ ਲਾਈ ਹੋਈ ਪੌੜੀ ਦੇ ਉੱਪਰ ਚੜ੍ਹ ਕੇ ਦੇਖ ਲਿਓ, ਤੁਹਾਨੂੰ ਅੰਤਰ ਦਿਖੂਗਾ। ਜਦ ਤੁਸੀਂ ਆਪ ਦੇਖੋਗੇ, ਜਦ ਤੁਹਾਨੂੰ ਅੰਤਰ ਦਿਖੂਗਾ, ਉਂਝ ਅੰਤਰ ਨਹੀਂ ਪਤਾ ਲੱਗਦਾ ਹੁੰਦਾ। ਹੁਣ ਕਈ ਵਾਰੀ ਕਹਿ ਦਿੰਦੇ ਹੁੰਦੇ ਨੇ ਵੀ ਬੈਟਰੀ ਨੀਚੇ ਪਾਓ, ਉਸ ਬੈਟਰੀ ਨੀਚੇ ਪਾਉਣ ਦੇ ਬਹੁਤ ਮਤਲਬ ਨੁਕਸਾਨ ਨੇ। ਉਹ ਜਿਹੜੇ ਨੁਕਸਾਨ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ। ਜਿਹੜੀ ਬੈਟਰੀ ਉਰੇ ਚੱਲਦੀ ਹੁੰਦੀ ਆ ਨਾ, ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇੱਕ ਟੈਲੀਸਕੋਪੀ ਜਿਹੜੀ ਉਹਨੂੰ ਲੱਗਦੀ ਆ, ਉਹ ਤੁਹਾਨੂੰ ਅਸੀਂ ਦਿਖਾ ਦਾਂਗੇ। ਜਿਹੜੀ ਉਹ ਮਤਲਬ ਬੈਟਰੀ ਆਹ ਚੱਲਦੀ ਆ ਨਾ, ਹੁਣ ਗਾਹਣ ਦੇ ਵਿੱਚ ਆਪਣੇ ਟਰੈਕਟਰ ਚੱਲਦੇ ਨੇ ਜਾਂ ਮਿੱਟੀ ਦੇ ਵਿੱਚ ਚੱਲਦੇ ਨੇ ਜਾਂ ਗਰਦੇ ਦੇ ਵਿੱਚ ਚੱਲਦੇ ਨੇ, ਜਿਹੜੀ ਉਹ ਟੈਲੀਸਕੋਪੀ ਆ ਉਹਦੇ ਵਿੱਚ ਬਰੀਕ ਬਰੀਕ ਗੋਲੀਆਂ ਹੁੰਦੀਆਂ ਨੇ, ਮਤਲਬ ਉਹ ਜਾਮ ਹੋ ਜਾਂਦੀਆਂ ਨੇ, ਉਹ 5-7 ਵਾਰੀ ਨਿਕਲੂਗੀ, ਉਸ ਤੋਂ ਬਾਅਦ ਜਾਮ ਹੀ ਮਿਲੂਗੀ। ਨਹੀਂ ਮਤਲਬ ਉਹ ਤੁਸੀਂ ਜਿਨ੍ਹਾਂ ਦੇ ਲੱਗੀ ਹੋਈ ਆ ਕਿਸੇ ਦੇ ਬਾਈ ਦੇ ਆਪਣਾ ਬੈਟਰੀ ਬਾਕਸ ਵਾਲਾ, ਉਹਦੇ ਨਾਲ ਕਿਸੇ ਨਾਲ ਸੰਪਰਕ ਕਰਕੇ ਦੇਖ ਲਿਓ, ਤੁਹਾਨੂੰ ਮਤਲਬ ਪਤਾ ਵੀ ਲੱਗ ਜੂਗਾ। ਔਰ ਜਿਹੜੀ ਇੱਕ ਗੱਲ ਹੋਰ ਆ ਬਾਈ, ਆਪਣੀ ਜਿਹੜੀ ਨਕਲ ਆ ਨਾ, ਨਕਲ ਤਾਂ ਐਂ ਕਹਿ ਲਓ ਵੀ ਬਹੁਤ ਜ਼ਿਆਦਾ ਚੱਲ ਪਈ। ਜਿਹੜਾ ਇਹ ਸਟਾਰਟਿੰਗ ਦਾ ਕੰਮ ਆ, ਤੁਹਾਨੂੰ ਵੀ ਪਤਾ, ਸਾਨੂੰ ਤਾਂ ਖੈਰ ਪਤਾ ਹੀ ਪਤਾ, ਤੁਹਾਨੂੰ ਵੀ ਪਤਾ ਇਹ ਸਟਾਰਟਿੰਗ ਦਾ ਕੰਮ ਆਪਣਾ ਸੀਗਾ। ਔਰ ਜਿਹੜੇ ਆਪਣੇ ਕਲੱਚ ਬ੍ਰੇਕਾਂ ਦੀ ਸੈਟਿੰਗ ਆ, ਉਹ ਹੁਣ ਤੱਕ ਕਿਸੇ ਦੇ ਨਹੀਂ ਆਏ। ਅਸੀਂ ਤਕਰੀਬਨ 5-7 ਬੰਦੇ ਜਿਹੜੇ ਲਾਉਂਦੇ ਨੇ, ਤਕਰੀਬਨ ਅਸੀਂ ਦੇਖ ਲਏ ਉਹਨਾਂ ਦੇ ਟਰੈਕਟਰ ਲੱਗੇ ਹੋਏ। ਜਿਹੜੀ ਕਲੱਚ ਦੀ ਔਰ ਬ੍ਰੇਕ ਦੀ ਸੈਟਿੰਗ ਆ, ਆਪਣੇ ਟਰੈਕਟਰ ਤੇ ਬੈਠ ਕੇ ਦੇਖ ਲਿਓ ਔਰ ਉਹਨਾਂ ਦੇ ਤੇ ਬੈਠ ਕੇ ਦੇਖ ਲਿਓ, ਤੁਹਾਨੂੰ ਅੰਤਰ ਦਿਖ ਜੂਗਾ। ਔਰ ਇੱਕ ਚੀਜ਼ ਹੋਰ ਵੀ ਆ, ਜਿਹੜੀ ਆਪਣੀ ਇਹ ਡੱਬਾ ਹੈਗਾ ਨਾ, ਪਹਿਲਾਂ ਤਾਂ ਤੁਹਾਨੂੰ ਪਤਾ ਹੀ ਆ ਵੀ ਬੇਟਾ ਵੀਡੀਓ ਬਣਾਉਂਦਾ ਹੁੰਦਾ ਸੀ, ਮੈਂ ਤਾਂ ਕਦੇ ਉਹ ਨਹੀਂ ਕਰਦਾ ਹੁੰਦਾ। ਜਿਹੜੀ ਆਪਣੀ ਇਹ ਮਤਲਬ ਆਪਾਂ ਪਲੇਟ ਨੂੰ ਮੋੜ ਕੇ, ਇਹੀ ਪਲੇਟ ਮੋੜੀ ਹੋਈ ਆ, ਇਹਦੇ ਵਿੱਚ ਉਰੇ ਕੋਈ ਬੈਲਟ ਵਗੈਰਾ ਨਹੀਂ ਹੈਗਾ, ਇਹ ਵੀ ਉਰੇ ਤੋਂ ਮੁੜੀ ਹੋਈ ਆ। ਔਰ ਨੀਚੇ ਤੋਂ ਵੀ ਸਾਡੀ ਮਤਲਬ ਇਹ ਨਾ ਪੱਤੀ ਨਹੀਂ ਹੈਗੀ, ਚਾਦਰ ਆ ਸਾਡੀ ਲੱਗੀ ਹੋਈ, ਇਹ ਚਾਦਰ ਉਰੇ ਤੋਂ ਵੀ ਬੈਂਡ ਆ, ਇਸੇ ਕਰਕੇ ਅਸੀਂ ਸਪੋਰਟ ਨਹੀਂ ਲਾਉਂਦੇ। ਦੇਖ ਸਕਦੇ ਹੋ, ਤੁਹਾਨੂੰ ਪਹਿਲਾਂ ਵੀ ਅਸੀਂ ਦੱਸਿਆ ਸੀਗਾ ਵੀ ਅਸੀਂ ਵੀਡੀਓ ਦੇ ਇਹਦੇ ਵਿੱਚ ਪਲੇਟਫਾਰਮ ਦੇ ਨੀਚੇ ਕੋਈ ਸਪੋਰਟ ਨਹੀਂ ਲਾਉਂਦੇ। ਸਾਡਾ ਪਲੇਟਫਾਰਮ ਮਤਲਬ ਐਸਾ ਲੱਗਿਆ ਹੋਇਆ, ਇਹਦੇ ਉੱਪਰ ਤੁਸੀਂ 2 ਕੁਇੰਟਲ ਵਜਨ ਦੇ ਕੇ ਦੇਖ ਲਿਓ, ਲੋਹਾ ਮੁੱਚ ਜੂਗਾ, ਪਰ ਤੁਹਾਨੂੰ ਲਚਕ ਨਹੀਂ ਮਿਲੂਗੀ ਸਾਡੇ ਪਲੇਟਫਾਰਮ ਦੇ ਵਿੱਚ। ਸਭ ਤੋਂ ਬੜੀ ਖੂਬੀ ਆ ਸਾਡੇ ਉਹਦੇ ਵਿੱਚ। ਬਾਕੀ ਹੁਣ ਨਕਲਾਂ ਤਾਂ ਮਾਰਦੇ ਨੇ ਬਈ, ਉਹ ਤਾਂ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ, ਪਰ ਨਕਲਾਂ ਵਾਲਾ ਤਾਂ ਸੌਦਾ ਬਈ ਹੁਣ ਸਭ ਨੂੰ ਪਤਾ ਹੀ ਹੁੰਦਾ ਵੀ ਕੈਸਾ ਹੁੰਦਾ। ਔਰ ਛਤਰੀ ਦੀ ਲੁੱਕ ਦੇਖੋ ਬਈ ਕਿੰਨੀ ਆ, ਛਤਰੀ ਦੀ ਲੁੱਕ ਦੇਖੋ, ਇਹ ਬਾਈਆਂ ਦਾ ਆਪਣਾ ਉਹਨਾਂ ਨੇ ਨਾਮ ਵਗੈਰਾ ਲਿਖਾਏ ਹੋਏ ਨੇ। ਔਰ ਲੁੱਕ ਦੇਖੋ ਛਤਰੀ ਦੀ ਕਿੰਨੀ ਆ, ਬਹੁਤ ਮਤਲਬ ਬਹੁਤ ਜਿੰਨੀ ਕਹਿ ਦੋ ਉਨੀ ਖੂਬਸੂਰਤ ਛਤਰੀ ਆ ਇਹ, ਬਹੁਤ ਸੋਹਣੀ ਲੱਗਦੀ ਆ ਛਤਰੀ ਲੱਗੀ ਹੋਈ। ਜੇ ਥੋੜਾ ਜਿਹਾ ਦੂਰੋਂ ਦੇਖੀਏ, ਦੂਰੋਂ ਹੋਰ ਵੀ ਜ਼ਿਆਦਾ ਸਾਫ਼ ਦਿਖਦੀ ਆ ਇਹ, ਦੂਰੋਂ ਮਤਲਬ ਹੋਰ ਵੀ ਸੋਹਣੀ ਲੱਗਦੀ ਆ ਛਤਰੀ ਲੱਗੀ ਹੋਈ। ਲਵੇ ਤੋਂ ਉਨੀ ਸੋਹਣੀ ਨਹੀਂ ਲੱਗਦੀ ਜਿੰਨੀ ਦੂਰੋਂ ਖੜ ਕੇ ਸੋਹਣੀ ਲੱਗਦੀ ਆ। ਇਹ ਬਾਈ ਪੂਰਾ ਟਰੈਕਟਰ ਆਪਣੀ ਮਤਲਬ ਸ਼ੌਪ ਦੇ ਉੱਪਰ ਤਿਆਰ ਹੋਇਆ ਹੋਇਆ, ਆਪਣਾ ਆਪਣੇ ਹੱਥ ਨਾਲ ਹੋਇਆ ਹੋਇਆ। ਇਹ ਟਰੈਕਟਰ ਦੇ ਉੱਪਰ ਤਕਰੀਬਨ ਜ਼ਿਆਦਾਤਰ ਕੰਮ ਮੈਂ ਆਪਦੇ ਹੱਥ ਨਾਲੇ ਕੀਤਾ ਹੋਇਆ, ਦੇਖ ਸਕਦੇ ਹੋ। ਛਤਰੀ ਦੀ ਬੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਬੈਕ ਸਾਈਡ ਵੀ ਦਿਖਾ ਦਿੰਦੇ ਹਾਂ। ਇਹ ਮਤਲਬ ਇੱਕ ਮੱਚ ਰਹੇ ਨੇ, ਇੱਕ ਬੰਦ ਨੇ, ਇਹ ਅਸੀਂ ਤਾਂ ਬੰਦ ਕੀਤੇ ਹੋਏ ਨੇ ਕਿਉਂਕਿ ਵੀਡੀਓ ਦੇ ਵਿੱਚ ਨਾ ਇਹ ਡਿੱਪਰ ਮਾਰਦੇ ਨੇ, ਉਹ ਫਿਰ ਵੀਡੀਓ ਨੂੰ ਵਧੀਆ ਨਹੀਂ ਬਣਨ ਦਿੰਦੇ ਇਹ, ਇਸ ਕਰਕੇ ਸਾਨੂੰ ਬੰਦ ਕੀਤੇ ਹੋਏ ਨੇ ਬਾਈ ਇਹ। ਔਰ ਠੀਕ ਆ ਬਾਈ, ਸੋ ਆਪਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਬਾਈ ਜ਼ਰੂਰ ਕਰਿਆ ਕਰੋ। ਸਾਰੀ ਵੀਡੀਓ ਦੇਖਣ ਦੇ ਲਈ ਬਾਈ ਸਾਰਿਆਂ ਦਾ ਧੰਨਵਾਦ। ਕਿਸੇ ਨੂੰ ਜ਼ਰੂਰਤ ਹੋਵੇ ਬਾਈ ਸਾਡੇ ਨਾਲ ਸੰਪਰਕ ਕਰ ਸਕਦਾ।